ਕਿੱਥੇ ਗੋਰੀ ਮੁੱਛਾਂ, ਕਿੱਥੇ ਸੀ ਮੁੱਛਾਂ, ਕਿੰਦੀਆਂ ਸੀ ਹੈ, ਬਹੁਤ ਵੱਡੀ ਵੱਡੀ ਸੀ। ਇਹ ਮੁੱਛ ਨਾ ਬਾਈ, ਮੁੱਛ ਨਾਲ ਟੌਰ ਹੁੰਦੀ ਅੱਜ ਕੱਲ੍ਹ, ਕੌਣ ਐਵੇਂ ਇਹਨਾਂ ਇਹਦੇ ਮੁੰਡ ਮੁੱਛਾਂ ਨੀ ਹੈਗੀਆਂ, ਅਤੇ ਇਹਦੇ ਕਿਸੇ ਡਰਨਾ ਹੀ ਨਹੀਂ, ਪਹਿਲੀ ਗੱਲ ਤਾਂ ਹੈਗੀਆਂ ਨੇ, ਬਾਕੀ ਫੁੱਟਦੀਆਂ ਹੁੰਦੀਆਂ ਨੇ ਥੋੜ੍ਹੀ ਥੋੜ੍ਹੀਆਂ, ਅਤੇ ਮੁੱਛਾਂ ਦਿੰਦੇ ਬਹੁਤ ਜ਼ਬਰਦਸਤ ਨੇ। ਅਤੇ ਬਾਕੀ ਇਹ ਮੁੱਛਾਂ ਦੇ ਬਾਦਸ਼ਾਹ ਜਿਹੜਾ ਖਾਸ ਪਿੰਡ ਦੇ ਵਿੱਚ ਜਿਹੜੇ ਇੱਕ ਨੰਬਰ 'ਚ ਨੇ, ਉਹ ਰਾ ਗੱਲ ਤਾਂ ਸੁਣ ਲਾ, ਇਹਨੇ ਨੀ ਪਿਓ ਪੁੱਤਰ ਦੇ ਮੁੱਖ ਕਰਨਾ ਹੈ, ਕਿਉਂ ਬੰਦਾ ਲੁੱਕਾ ਬੈਠਾ ਦੂਰ ਬਹੁਤ। ਗੋਰੀ ਹੁਣ ਮਸ਼ੀਨ ਵਰਕੀ ਵਿਚਾਰ ਚੱਲੀ ਹੁਣ ਕਿ ਪੰਜਾਂ ਹੱਥਾਂ ਨੂੰ, ਉੱਥੇ ਧੁੱਪ ਨਿਕਲਦੀ 24 ਘੰਟੇ ਹੀ, ਉੱਥੇ 24 ਘੰਟੇ ਧੁੱਪ ਨਿਕਲਦੀ ਹੈ, ਵਿਰਾਟ ਨੂੰ ਰਾਤ ਰਾਤ ਇੰਨੀ ਵਕਤ ਦਿਨੇ ਧੁੱਪ ਨਿਕਲਦੀ ਰਹਿੰਦੀ, ਨਹੀਂ ਨਹੀਂ ਹੁਣ ਦਰਗਾਹ ਜਿੱਥੇ ਤੁਹਾਨੂੰ ਲੈ ਕੇ ਜਾਣਾ ਉੱਥੇ ਰਾਤ ਨੂੰ ਮਾੜੀ ਠੰਡ ਲੱਗੇ ਘਰੇ ਦੀ, ਨਾ ਉੱਥੇ ਮੱਛਰ ਹੈ ਤੇ ਨਾ ਕੋਈ ਮੱਛਰ ਵੀ ਨਿਕਲਦਾ ਉੱਥੇ, ਨਾ ਕੋਈ ਮੱਖੀ ਹੈ, ਬੰਦਾ ਕੰਮ ਕੰਮ ਹੀ ਮਰਦਾ ਉਹ ਤਾਂ 10 ਕੁ ਦਿਨ ਹੁੰਦਾ ਸੰਘਾਟੋ ਨਿਕਲ ਜਾਂਦਾ, ਉਦੋਂ ਬਾਅਦ ਪੂਰੇ ਪਹਿਲੇ ਵੀ ਤਾਂ ਨਜ਼ਾਰੇ ਸੀ ਤੇ ਬਾਅਦ ਚ ਵੀ ਨਜ਼ਾਰੇ ਸੀ। ਅਗਲੀ ਵੀਡੀਓ ਬੰਦਾ ਨਸ ਗਿਆ ਹੁਣ ਆਇਆ ਕੋਲ, ਉਦੋਂ ਤੁਹਾਨੂੰ ਦੱਸਣਾ ਵੀ ਕਿਹੜਾ ਬੰਦਾ ਇਹ, ਪਹਿਲਾਂ ਵਾਲੇ ਵੀਡੀਓ ਬਣਾਏ ਰਾਣੇ ਜਿਹੜਾ ਅਗਲਾ ਵਲੋਗ ਪਾਉਂਦੇ ਨਸਿਆ ਬੰਦਾ, ਤੇ ਹੁਣ ਗੱਲ ਸੁਣੀ ਮਾੜਾ ਜਾ, ਗੱਲ ਤਾਂ ਸੁਣ ਲੈ, ਇਹ ਬੰਦਾ ਹੈ ਨਸਣ ਵਾਲਾ ਹੀ ਹਨਾ, ਮਤਲਬ ਡਰਾਈਵਰ, ਮੈਨੂੰ ਤਾਂ ਲੱਗਦਾ ਡਰਾਈਵਰ, ਤੈਨੂੰ ਕੀ ਲੱਗਦਾ ਡਰਾਈਵਰ ਹੈਗਾ ਇਹ? ਡਰਾਈਵਰ ਹੈ ਯਾਰ, ਹਾਂ ਡਰਾਈਵਰ ਹੈ, ਇੰਨਾ ਮਾੜਾ ਡਰਾਈਵਰ ਹੁੰਦਾ ਤਾਂ ਫਿਰ ਕੋਲ ਖੜੋਇਆ, ਕੀ ਪਤਾ ਹੁਣ ਕੀ ਗੱਲ ਆ, ਡਾਵਰ ਡੋਰ ਲੱਗਦਾ ਇਹਦਾ ਹਨਾ, ਰੋਡ 'ਤੇ ਜਾਂਦਾ ਮਿੰਟ ਕੈਮਰਾ ਖੋਡ ਹੀ ਜਾਂਦਾ ਇਹਦੇ, ਇਹ ਤਾਂ ਹੈਗਾ ਠੀਕ ਹੈ ਕਿ ਨਹੀਂ, ਬਾਕੀ ਇੱਧਰ ਗੇਜਰ ਹੀ ਖੜੇ ਨੇ, ਇਹਨਾਂ ਦੇ ਆਪਣੀ ਆਪ ਹੀ ਖੁਦ ਦੁਕਾਨ ਹੈ ਮੁੱਛਾਂ ਦੀ, ਮੁੱਛਾਂ ਹੈਟ ਲੋਕਾਂ ਨੇ ਕਦੇ, ਬਾਕੀ ਆਪਣੇ ਇਹਨਾਂ ਕੋਲ ਹੋਜਾ, ਆਪਣੀ ਕੀ ਕਾਰਨ ਹੈ, ਮੂੰਹ ਕਰੀ ਦਾ ਬੜਾ ਗੱਲ ਤਾਂ ਹੁਣ ਲੈ, ਇੱਕ ਮਿੰਟ ਗੱਲ ਤਾਂ ਹੁਣ ਲੈ, ਉਹ ਗਿਆ ਜੀ ਵੀ ਵੀ ਬੰਦੇ ਨੂੰ ਖੇਡਣ ਦਾ ਸਾਡੇ ਕੋਲ ਤਰੀਕਾ ਇੱਕ ਹੈਗਾ, ਕਾਕਾ ਨਾਂ ਤੇ ਕਾਕਾ, ਬਾਕੀ ਵੱਡਾ ਬਹੁਤ ਹੈ ਬੰਦਾ, ਇਹ ਬੰਦੇ ਕਿਉਂ ਨੀ ਖੜਦੇ ਆਪਣੇ ਕੋਲ, ਨਹੀਂ ਜੇ ਵੀਡੀਓ ਬਣਾਉਣੇ ਆ ਤੇ ਨਾਂ ਰੋਸ਼ਨ ਵੀ ਕਰਦੇ ਆ ਆਪਾਂ, ਠੀਕ ਹੈ ਕਿ ਨਹੀਂ, ਤੇ ਆਪਣੇ ਛੱਪੜ ਦਾ ਕਦੋਂ ਸੁਧਾਰ ਹੋਣਾ, ਐਨਾ ਗੱਲ ਇਹ ਵੀ ਹੁਣ 20 ਦਿਨ ਗਿਆ, ਠੀਕ ਹੈ 20 ਦਿਨ ਗਿਆ ਆਪਾਂ ਵਿਹਲੇ ਗਏ, ਤੇ ਆਪਾਂ ਇੱਥੇ ਆ ਗਏ, ਫਿਰ ਉਦੋਂ ਬਾਅਦ ਕਿੰਨੇ ਦਿਸਣਾ, ਵਿਆਹਾਂ ਦਾ ਟਾਈਮ, ਵਿਆਹ ਆਉਣ ਲੱਗ ਗਿਆ ਹੁਣ 10-15 ਦਿਨ ਸ਼ੁਰੂ ਸਟਾਰਟਿੰਗ ਨੇ, ਉਦੋਂ ਬਾਅਦ ਆਪਾਂ MP ਚਲਾ ਜਾਣਾ ਮੇਰੇ, ਮੈਂ ਤੁਹਾਨੂੰ 2 ਮਹੀਨਾ ਬਾਅਦ ਦਿਸਣਾ, ਫਿਰ ਤੁਸੀਂ ਯਾਦ ਕਰਨਾ ਯਾਰ ਬੰਦਾ ਵਧੀਆ ਸੀ ਇੱਥੇ ਜਿਹੜਾ ਕੋਲ ਆ ਕੇ ਬਹਿ ਜਾਂਦਾ ਸੀ, ਤੇ ਤੁਸੀਂ ਨਾਲ ਕਿਵੇਂ ਜੀ, ਆਪਣਾ ਕੀ ਕਾਰੋਬਾਰ ਹੈ? ਬਾਕੀ ਬੰਦੇ ਸਾਡਾ ਏਰੀਆ ਨਾ ਜਿਹੜਾ ਸਾਡਾ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਇਹ ਪੈਂਦਾ ਆਪਣਾ ਏਰੀਆ ਜਮਾਂ ਬਾਰਡਰ ਤੇ ਪੈਂਦਾ, ਤੇ ਬਾਰਡਰ 'ਤੇ ਪੈਂਦਾ, ਅਤੇ ਇਹ ਬੰਦੇ ਸਾਡੇ ਨੇ ਇਹਨਾਂ ਨੇ ਕਿਉਂ ਕਦੇ ਕੈਮਰਾ ਵੇਖਿਆ ਨਹੀਂ ਨਾ, ਕਿਉਂਕਿ ਇਹ ਥੋੜ੍ਹਾ ਜਿਹਾ ਚੰਡੀਗੜ੍ਹ ਤੋਂ ਬਹੁਤ ਦੂਰ ਪੈਂਦਾ ਸਾਡਾ ਏਰੀਆ, ਤਕਰੀਬਨ ਚੰਡੀਗੜ੍ਹ ਤੋਂ 300 ਕਿਲੋਮੀਟਰ ਦੂਰ ਆ, ਅਤੇ ਸਾਡੇ ਏਰੀਏ 'ਚ ਨਾ ਤਾਂ ਪਹਿਲੇ ਇੱਥੇ ਕੋਈ ਉੱਦਾਂ ਦੇ, ਪਹਿਲੇ ਇੱਥੇ ਸਾਰਾ ਜੰਗਲ ਹੁੰਦਾ ਸੀ, ਜੰਗਲ ਵਗੈਰਾ ਹੋ ਗਿਆ, ਕਾਨੇ ਹੋ ਗਏ, ਅਤੇ ਕੁਛ ਨਹੀਂ, ਜਵਾਇਆ ਜਵਾਇਆ, ਯਾਨੀ ਕਿ ਬੂਟੇ ਦੇ ਟਿੱਬੇ ਹੁੰਦੇ ਸੀ, ਅਤੇ ਹੁਣ ਜਿਵੇਂ ਮੁੰਡੇ ਹੁਣ ਦੇ ਨਵੇਂ ਪੜ੍ਹਨ ਲੱਗੇ ਆ, ਇਹਨਾਂ ਨੂੰ ਕੋਈ ਮਾੜੀ ਮੋਟੀ ਨੌਲੇਜ ਚਾਹੀਦੀ, ਜਿਹੜੇ ਪਹਿਲਾਂ ਵਾਲੇ ਬੰਦੇ ਇਹਨਾਂ ਦਾ ਪਤਾ ਨਹੀਂ ਵੀ ਕੈਮਰਾ ਚੀਜ਼ ਕੀ ਆ ਅਤੇ ਕਿੱਥੇ ਜਾਣਾ, ਹਿਸਾਬ ਕਿਤਾਬ, ਇਵੇਂ ਗੱਲ ਹੈ ਨਾ? ਹਾਂ ਸਹੀ ਗੱਲ ਹੈ, ਇੱਧਰ ਮੂੰਹ ਕਰਕੇ ਦੱਸੋ ਮੁੰਡਾ ਜਿਹਾ, ਇੱਦਾਂ ਹੀ ਹੈ ਹੁਣ, ਇਕੱਲਿਆਂ ਦੇ ਬਣਾਈ ਜਾਂਦਾ, ਇਕੱਲਿਆਂ ਦੇ, ਹੋਰ ਮੈਂ ਕਿੰਨੇ ਬੰਦੇ ਇਕੱਠੇ ਕਰਾਂ ਵੀ,
ਬਾਕੀ ਇੰਨਾ ਵੀ ਆਪਣੇ ਪਿੰਡ 'ਚ ਰੌਣਕਾਂ ਲੱਗੇ ਰਹਿੰਦੀਆਂ ਹਨਾ, ਬਾਕੀ ਪਿੰਡਾਂ 'ਚ ਵੇਖ ਲੈ ਬੰਦੇ ਆਪਾਂ ਤਾਂ ਕੰਮ ਕਰ ਲੱਗੇ ਹੋਣਗੇ, ਆਪਣੇ ਇੱਥੇ ਸੜਕਾਂ 'ਤੇ ਦਿਸਣਗੇ ਜਾਂ ਛੱਪੜ ਅਤੇ ਆਪਣੀ ਕੀ ਕਿਸਮਤ 'ਚ ਕਿਉਂ ਇੰਨੀ ਮਾੜੀ ਵੀ ਆਪਣੇ ਚੰਡੀਗੜ੍ਹ ਤੋਂ ਇੰਨੀ ਦੂਰ ਸੱਟਿਆ ਨੇ? ਬਹੁਤ ਜ਼ਿਆਦਾ ਇਹ ਨੀ ਜੂਮ ਨੀ ਹੋਣਾ।